जहरीली शराब पीण कारण पंजाब दे सरहदी जिलों विच निरंतर हो रही मौतों के विरोध विच अज भाजपा युवा मोर्चा वल्लों विधायक डॉक्टर हरजोत कमल दे दफ्तर अगे रोस प्रदर्शन किया गया। अज भारतीय जनता युवा मोर्चा यूथ बीजेपी करनी हो पूरे पंजाब के कांग्रेस के 80 एम एल ए घर का घेराव के दफ्तर का घेराव असी किया। पिछले दिन जिस तरीके दे नाल तरन तारण बटाला अमृतसर के विखे 130 तो वध नौजवानों ने जहरीली शराब के विच करके आपकी जवान जान गवा दी। बड़े शर्म की गल है। पिछड़े राज्यों के असी इदियां घटनावां सुनिया सी पर पंजाब वर्गे अग्रिम सूबे के विच घटना कितने ना कितने कैप्टन साहब के उत्ते कार प्रणाली के उत्ते सवालिया निशान करती खड़ा करती है। जिहड़ी कैप्टन सरकार पवित्र गुटका साहब हाथ पकड़ के तब तक श्री दमदमा साहब गन्नी हाथ करके सौं खा के सत्ता दे विच आई सी कि असी 4 हफ्तों के नशा खत्म कर देंगे। अज उस पंजाब के हालात ये होए पे है कि साढ़े भरावान साढ़े नौजवानों जहरीली शराब नाल जान गवानी पैंदी है। बड़ी शर्म की गल है। आने वाले दिनों असी संघर्ष होर तेज़ करांगे। युवा मोर्चा होर अगे तक यह लेके जाऊगा। 2022 दी चोणां दे विच कैप्टन साहब नूं इह कल्ले कल्ले मौत दा जवाब देना पो। गरमच्छ दे हंझू है जी। कैप्टन साहब पहलां तां मोती महल तों बाहर नहीं निकलदे। 4 सालां दे विच पंजाब दीआं सड़कां दे विच मैनूं नहीं लगदा उहनां ने कितें फेरी पाई होगी। अज आए है उहनां परिवारां दा नाल दुख सांझा करन वास्ते। बड़ी शर्म की गल है कि इन्ने दिनों बाद आए। चलो देर आए दुरुस्त आए आए तो सही। अज असी मोगे दे MLA दे दफ्तर दे मूहरे धरना देण आए हां भारतीय जनता पार्टी वल्लों। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜਿਵੇਂ 120 ਦੇ ਕਰੀਬ ਜ਼ਹਿਰੀਲੀ ਸ਼ਰਾਬ ਪੀਣ ਨਾਲ ਲੋਕ ਆਪਣੇ ਪੰਜਾਬ ਦੇ ਵਿੱਚ ਮਰ ਗਏ। ਮੈਂ ਇਹਨਾਂ ਨਾਲ ਅਪੀਲ ਕਰਦਾ ਵੀ ਜਿਸ ਹਿਸਾਬ ਨਾਲ ਇਹਨਾਂ ਦੀ ਪਾਰਟੀ ਦੇ ਹੀ MP ਬਾਜਵਾ ਜੀ ਅਤੇ ਸ਼ਮਸ਼ੇਰ ਸਿੰਘ ਦੁੱਲੋ ਜੀ ਇਹਨਾਂ ਤੋਂ ਵਰਖਲਾਫ ਹੋ ਕੇ ਕਿਉਂਕਿ ਉਹ ਲੋਕ ਹਿੱਤੀ ਉਹਨਾਂ ਨੇ ਗੱਲ ਕੀਤੀ ਹੈ ਅਤੇ ਲੋਕਾਂ ਹੀ ਇਹਨਾਂ ਨੂੰ ਇਹਨਾਂ ਨੇ ਜਿਤਾਇਆ। ਮੈਂ ਇਹਨਾਂ ਨੂੰ ਵੀ ਅਪੀਲ ਕਰਦਾ ਇਹ ਸਾਡੇ ਨਾਲ ਖੜਨ, ਲੋਕਾਂ ਦੇ ਨਾਲ ਖੜਨ। ਅਤੇ ਇਹਨਾਂ ਨੇ ਜਿਹੜਾ ਇਹ ਭੱਦਾ ਮਜ਼ਾਕ ਕੀਤਾ ਵੀ 2-2 ਲੱਖ ਰੁਪਈਆ ਇਹਨਾਂ ਨੂੰ ਲੋਕਾਂ ਨੂੰ ਦੇ ਕੇ ਜਿਹੜੇ ਮਰੇ ਹੋਏ ਲੋਕ ਨੇ ਇਹਨਾਂ ਨਾਲ ਮਜ਼ਾਕ ਕੀਤਾ, ਇੱਕ ਤਾਂ ਮੈਂ ਆਪਦੀ ਪਾਰਟੀ ਵੱਲੋਂ ਮੰਗ ਕਰਦਾ 25-25 ਲੱਖ ਰੁਪਈਆ ਇਹਨਾਂ ਨੂੰ ਦਿੱਤਾ ਜਾਵੇ। ਅਤੇ ਜਿਹੜੀ ਰਾਜਪੁਰੇ ਫੈਕਟਰੀ ਆ ਜਿੱਥੋਂ ਇਹਨਾਂ ਦੇ ਤਾਰ ਜੁੜੇ ਜਾ ਰਹੇ ਆ ਉਹ ਵੀ ਕਿਸੇ ਕਾਂਗਰਸੀ MLA ਦੇ ਨਾਲ ਜੁੜਦੇ ਜਾ ਰਹੇ ਆ, ਨਾਲ ਇਹ ਕਲੀਅਰ ਪਤਾ ਹੈਗਾ ਵੀ ਇਹਨਾਂ ਦੇ ਕਾਰਿਆਕਰਤਾ ਅਤੇ ਇਹਨਾਂ ਦੇ ਸਰਪੰਚ ਲੋਕ ਨਾਲ ਰਲੇ ਹੋਏ ਸੀ ਇਸ ਕੰਮ ਦੇ ਵਿੱਚ। ਮੈਂ ਇਹਨਾਂ ਨੂੰ ਇਹ ਮੰਗ ਕਰਦਾ MLA ਸਾਹਿਬ ਆਉਣ ਨੂੰ ਸਾਡੇ ਨਾਲ ਖੜਨ ਅਤੇ ਇਨਸਾਫ ਦਿਵਾਉਣ ਲੋਕਾਂ ਨੂੰ, ਸਾਡੇ ਨਾਲ ਆ ਕੇ ਖੜਨ। ਮੈਂ ਅਪੀਲ ਕਰਦਾ ਉਹਦੇ 'ਚ ਇਹੀ ਕਹਿਣਾ ਚਾਹੁੰਦੇ ਵੀ ਜੋ ਵੀ ਇਹ ਹੋ ਰਿਹਾ ਨਸ਼ੇ ਦਾ ਕਾਰੋਬਾਰ ਹੋ ਰਿਹਾ ਹੈਗਾ, ਕੈਪਟਨ ਸਰਕਾਰ ਨੂੰ ਇਹ ਚਾਹੀਦਾ ਹੈ ਜਿਹੜਾ 4 ਹਫ਼ਤਿਆਂ ਦੇ ਵਿੱਚ ਨਸ਼ਾ ਖਤਮ ਕਰਨ ਦੀ ਗੁਟਕਾ ਸਾਹਿਬ 'ਤੇ ਸਹੁੰ ਖਾਧੀ ਸੀ ਉਹਨਾਂ ਨੇ, ਪਰ ਉਹ ਸਹੁੰ ਖਾਣ ਤੋਂ ਬਾਅਦ ਉਹਨਾਂ ਨੇ ਵੇਖੋ 4 ਸਾਲ ਦੇ ਕਰੀਬ ਉਹ ਚੱਲੇ ਆ, ਪਰ ਉਹਨਾਂ ਨੂੰ ਇਸ 'ਤੇ ਵਿਚਾਰ ਕਰਨਾ ਚਾਹੀਦਾ। ਦਿਨ ਬਾ ਦਿਨ ਮੌਤ ਹੋ ਰਹੀ ਹੈ, ਇਕੱਲਾ ਸ਼ਰਾਬ ਨਹੀਂ, ਸ਼ਰਾਬ ਦੇ ਨਾਲ ਹੋਰ ਵੀ ਬਹੁਤ ਨਸ਼ੇ ਆ। ਜਿਹੜਾ ਨਸ਼ੇ ਦਾ ਵਪਾਰ ਦਿਨ ਬਾ ਦਿਨ ਪੰਜਾਬ ਦੇ ਵਿੱਚ ਵੱਧਦਾ ਜਾ ਰਿਹਾ ਹੈਗਾ, ਔਰ ਕੈਪਟਨ ਸਰਕਾਰ ਨੇ ਬੇਨਤੀ ਆ ਜਲਦੀ ਜਲਦੀ ਇਸ 'ਤੇ ਨੱਥ ਪਾਈ ਜਾਵੇ ਔਰ ਇਸ ਨਸ਼ੇ ਦਾ ਜਿਹੜਾ ਕਾਰੋਬਾਰ ਕਰਨ ਵਾਲੇ ਹੈਗੇ ਆ ਉਹਨਾਂ ਦੇ ਨਕੇਲ ਪਾਈ ਜਾਵੇ, ਕੱਸੀ ਜਾਵੇ। 120 ਪਰਿਵਾਰ ਜਿਹੜਾ ਜਿਨ੍ਹਾਂ ਦੇ ਪਰਿਵਾਰਾਂ ਦੇ ਵਿੱਚ ਮੌਤ ਹੋ ਗਈ ਆ ਜਿਨ੍ਹਾਂ ਦੀ ਆ, ਉਹਨਾਂ ਲਈ ਇਸ ਵੇਲੇ ਮਾਤਮ ਛਾਇਆ ਹੋਇਆ ਉਹਨਾਂ ਦੇ ਘਰਾਂ ਦੇ ਵਿੱਚ। ਉਹਨਾਂ ਵਿਚਾਰਿਆਂ ਦਾ ਕੀ ਕਸੂਰ ਸੀਗਾ? ਉਹਨਾਂ ਦਾ ਕੋਈ ਕਸੂਰ ਨਹੀਂ ਸੀ ਜਿਨ੍ਹਾਂ ਦੀਆਂ ਮੌਤਾਂ ਹੋ ਗਈਆਂ। ਔਰ ਕੈਪਟਨ ਸਰਕਾਰ ਜਲਦੀ ਤੋਂ ਜਲਦੀ ਤੁਸੀਂ ਜਾਗੋ ਔਰ ਪੰਜਾਬ ਦੇ ਵਿੱਚ ਨਸ਼ੇ ਦਾ ਵਪਾਰ ਕਰਨ ਵਾਲੇ ਬੰਦਿਆਂ 'ਤੇ ਨੱਥ ਪਾਓ। ਤੁਹਾਨੂੰ ਇਹ ਬਹੁਤ ਸਾਡੀ ਬੇਨਤੀ ਹੈ, ਇਹ ਜਿੰਨਾ ਜਲਦੀ ਕਰੋਗੇ ਤੁਹਾਡੇ ਲਈ ਫਾਇਦਾ। ਕੈਪਟਨ ਸਰਕਾਰ ਦਾ ਜਿੰਨਾ ਵੀ 4 ਕਾਰਿਆਕਾਲ ਕੀਤਾ ਗਿਆ ਹੈਗਾ ਉਹ ਬੜਾ ਹੀ ਮੰਦਭਾਗਾ, ਹਰ ਤਰ੍ਹਾਂ ਦੇ ਵਿੱਚੋਂ ਫੇਲ ਸਰਕਾਰ ਸਾਬਿਤ ਹੁੰਦੀ ਪਈ ਆ, ਔਰ ਇਸ ਤਰ੍ਹਾਂ ਲੱਗਦਾ ਸਾਨੂੰ ਕੈਪਟਨ ਸਾਹਿਬ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈਗਾ।